ਕਮਲਿਆਂ ਨੂੰ ਬੇਅਦਬੀ ਦੇ ਵਾਸਤੇ ਗੁਰੂ ਘਰ ਹੀ ਕਿਉਂ ਲੱਭਦੇ ਆ? ਇਹ ਗੱਲ ਸੋਚਣ ਵਾਲੀ ਆ। ਤੇ ਮੈਂ ਕਿਹਾ ਉਹਨਾਂ ਨੂੰ ਲੱਭਦੇ ਨਹੀਂ, ਉਹਨਾਂ ਨੂੰ ਭੇਜਿਆ ਜਾਂਦਾ ਤੇ ਜਾਣ ਬੁੱਝ ਕੇ ਸਭ ਕੁਝ ਕੀਤਾ ਜਾ ਰਿਹਾ। ਵਰਤਾਰੇ ਜਿਹੜੇ ਵਾਪਰ ਰਹੇ ਆ ਉਹ ਜਿਵੇਂ ਕਹਿੰਦੇ ਆ ਨਾ ਕਿ ਸ਼ਰਾਬੀ ਆ, ਕਹਿੰਦੇ ਜੀ ਸ਼ਰਾਬੀ ਕਰਕੇ ਪਤਾ ਨਹੀਂ ਲੱਗਿਆ। ਪਰ ਮੈਂ ਕਿਹਾ ਸ਼ਰਾਬੀ ਨੂੰ ਸਾਰਾ ਕੁਝ ਪਤਾ ਹੁੰਦਾ। ਉਸੇ ਤਰੀਕੇ ਨਾਲ ਜਿਹੜਾ ਕਮਲਾ ਕਿਹਾ ਜਾਂਦਾ ਨਾ, ਕਮਲਾ ਇੱਥੇ ਕੋਈ ਨਹੀਂ, ਕਮਲੇ ਤਾਂ ਅਸੀਂ ਆ ਯਾਰ, ਜਿਹੜੇ ਅਜੇ ਤੱਕ ਸਾਰੇ ਵਰਤਾਰੇ ਨੂੰ ਸਮਝ ਨਹੀਂ ਰਹੇ ਤੇ ਸਮਝ ਕੇ ਉਹਦਾ ਪੱਕਾ ਹੱਲ ਨਹੀਂ ਕਰ ਰਹੇ ਤੇ ਨਾ ਹੀ ਪੱਕੇ ਹੱਲ ਬਾਰੇ ਸੋਚ ਰਹੇ ਆ। ਅਕਸਰ ਕੀ ਆ, ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਤੇ ਸਾਰੇ ਕਮਲੇ ਸਾਨੂੰ ਕਿਉਂ ਟੱਕਰਦੇ ਆ? ਹਰੇਕ ਕਮਲੇ ਨੂੰ ਕਹਿੰਦੇ ਗੁਰੂ ਘਰ ਕਿਉਂ ਦੀਦਾ? ਹੋਰ ਬੜੇ ਧਾਰਮਿਕ ਸਥਾਨ ਹੈਗੇ ਆ, ਕੋਈ ਮੰਦਿਰ ਆ, ਮਸਜਿਦ ਆ, ਕੋਈ ਉੱਥੇ ਨਹੀਂ ਜਾਂਦਾ, ਜਾਂਦੇ ਗੁਰੂ ਘਰ ਕਿਉਂ ਆ? ਕਿਉਂਕਿ ਅੱਜ ਮਾਹੌਲ ਸ਼ਾਂਤ ਆ ਜਿਹੜਾ, ਤੇ ਸ਼ਾਂਤ ਮਾਹੌਲ ਨੂੰ ਅਪਸੈਟ ਕਰਨ ਵਾਸਤੇ ਇਹ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਕਰਵਾਈਆਂ ਜਾ ਰਹੀਆਂ ਨੇ। ਅੱਜ ਮੈਂ ਇਕੱਲੀ ਪ੍ਰੋਬਲਮ ਦੀ ਗੱਲ ਨਹੀਂ ਕਰੂੰ, ਇਹਦੇ ਪੱਕੇ ਹੱਲ ਦੀ ਗੱਲ ਕਰੂੰ ਤੇ ਮੈਂ ਤੁਹਾਨੂੰ ਬੇਨਤੀ ਕਰਦਾ, ਬੇਸ਼ੱਕ ਤੁਸੀਂ ਇਸ ਚੀਜ਼ ਨੂੰ ਸੁਣ ਜ਼ਰੂਰ ਪੂਰਾ ਲਿਓ, ਸ਼ੇਅਰ ਕਰਨਾ ਭਾਵੇਂ ਨਾ ਕਰਿਓ, ਪਰ ਆਪਦਾ ਕਮੈਂਟ ਤੇ ਜਵਾਬ ਜ਼ਰੂਰ ਦਿਓ ਕਿ ਤੁਸੀਂ ਇਸ ਹੱਲ ਨਾਲ ਸਹਿਮਤ ਹੋ ਤੇ ਇਦੋਂ ਬਿਨਾਂ ਕੋਈ ਹੱਲ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਵੀ ਦੱਸਿਓ, ਨਹੀਂ ਇਹਦੇ ਪੱਕੇ ਹੱਲ ਦੀ ਗੱਲ ਕਰਾਂਗੇ। ਕਿਉਂਕਿ ਪ੍ਰੋਬਲਮ ਓਰੀਐਂਟਡ ਨਹੀਂ, ਸੋਲੂਸ਼ਨ ਓਰੀਐਂਟਡ ਗੱਲ ਹੋਣੀ ਚਾਹੀਦੀ ਆ। ਅੱਜ ਸਾਰੇ ਬੰਦਿਆਂ ਨੇ ਗੱਲ ਕੀਤੀ ਪਟਿਆਲੇ ਦੇ ਵਿੱਚ ਕੀ ਆ, ਉੱਥੇ ਆ ਕੇ ਸ਼ਰਾਬੀ ਕੋਈ ਔਰਤ ਉਹ ਕਰਦੀ ਆ, ਉਹਨੂੰ ਸ਼ੂਟ ਕਰ ਦਿੱਤਾ ਜਾਂਦਾ। ਅਸੀਂ ਦੋ ਦਿਨ ਬੜੀ ਬੱਲੇ ਬੱਲੇ ਕਰਦੇ ਆ, ਅੰਗੂਠੇ ਚੱਕਦੇ ਆ ਤੇ ਬੜੀ ਉਤਸ਼ਾਹ ਦਿੰਦੇ ਆ, ਪਰ ਯਾਦ ਰੱਖਿਓ ਸਜ਼ਾ ਉਹ ਕੱਲਾ ਕੱਟੂਆ। ਜਜ਼ਬਾਤੀ ਹੋ ਕੇ ਸਾਡੇ ਲੋਕਾਂ ਨੇ ਅੱਜ ਨਹੀਂ ਪਹਿਲਾਂ ਮੱਸੇ ਰੰਗੜ ਤੋਂ ਲੈ ਕੇ ਸਿਰ ਲਾਉਂਦੇ ਤੁਰੇ ਆਏ ਨੇ, ਅੱਜ ਵੀ ਸਾਡੇ ਸਿੰਘ ਜਜ਼ਬਾਤੀ ਨੇ, ਬੜੇ ਜਜ਼ਬਾਤੀ ਲੋਕ ਨੇ, ਲੋਕਾਂ 'ਚ ਜਜ਼ਬਾਤਾਂ ਦੀ ਕਮੀ ਨਹੀਂ ਤੇ ਸਾਡੇ ਜਜ਼ਬਾਤਾਂ ਨੂੰ ਕੈਸ਼ ਕੀਤਾ ਜਾਂਦਾ ਕਿਉਂਕਿ ਸਾਨੂੰ ਬੌਧਿਕ ਤੌਰ ਤੇ ਕੰਗਾਲੀ ਦਾ ਸ਼ਿਕਾਰ ਕਰ ਦਿੱਤਾ ਗਿਆ। ਅਸਲ 'ਚ ਸਾਨੂੰ ਮੂਰਖ, ਮੈਂ ਕਹਿੰਦਾ ਵੀ ਅਸੀਂ ਅਸਲ 'ਚ ਕਮਲੇ ਹੋਏ ਪਏ ਹਾਂ। ਸਾਡੇ ਗੁਰੂ ਨੇ ਸਾਨੂੰ ਜਿਹੜਾ ਕਿਹਾ ਸੀ ਉਹ ਫਲਸਫੇ ਤੋਂ ਭਟਕੇ ਆ। ਅੱਜ ਸਾਨੂੰ ਜਿਹੜਾ ਕੋਈ ਉੱਠਦਾ ਆਪਦੇ ਕੋਲੋਂ ਮਨਘੜਤ ਗੱਲਾਂ ਕਰ ਲੈਂਦਾ ਤੇ ਅਸੀਂ ਜਿਹੜੇ ਲੋਕ ਆ ਅਸੀਂ ਉਸੇ ਨੂੰ ਗੁਰਮਤ ਸਮਝ ਕੇ ਸੱਤ ਵਜਨ ਕਹਿ ਕੇ ਮੰਨ ਲੈਂਦੇ ਹਾਂ। ਅੱਜ ਬੜੇ ਕਹੀ ਜਾਂਦੇ ਆ ਸ਼ਸਤਰ ਕੇ ਅਧੀਨ ਹੈ ਰਾਜ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਮੈਂ ਕਹਿੰਦਾ ਵੀ ਜੇ ਉਹਨਾਂ ਪੁੱਛ ਲਈਏ ਰਾਈਟਰ ਕੌਣ ਆ, ਹਰੇਕ ਕਹਿੰਦਾ ਗੁਰਬਾਣੀ 'ਚੋਂ ਕੋਟ ਕੀਤੀਆਂ ਮੈਂ ਸਤਰਾਂ ਜੀ, ਗੁਰਬਾਣੀ 'ਚੋਂ ਨਹੀਂ ਲਿਆ ਗਿਆ। ਉਹ ਕੁਝ ਹੋਰ ਬੰਦਿਆਂ ਨੇ ਜਿਨ੍ਹਾਂ ਦਾ ਕਿਸੇ ਨੂੰ ਰਾਈਟਰ ਵੀ ਨਹੀਂ ਪਤਾ, ਉਹਨਾਂ ਲੋਕਾਂ ਨੇ ਸਮੇਂ ਦੇ ਹਿਸਾਬ ਦੇ ਨਾਲ ਕਹਿਤਾ ਸੀ ਕੋਈ ਗੁਰਬਾਣੀ ਦੇ ਵਿੱਚ ਉਹ ਸਤਰਾਂ ਨਹੀਂ ਲਈਆਂ ਤੇ ਹਰੇਕ ਇੱਥੇ ਬੋਲ ਦਿੰਦਾ ਤੇ ਸਾਡੇ ਅਰਗੇ ਗੁਰਬਾਣੀ ਨੂੰ ਮੰਨ ਕੇ ਸੱਚ ਵੀ ਹਾਂਜੀ ਗੁਰਬਾਣੀ ਇਹ ਕਹਿੰਦੀ ਆ, ਹਾਲਾਂਕਿ ਉਹ ਚੀਜ਼ ਗੁਰਬਾਣੀ ਨੇ ਨਹੀਂ ਕਹੀ ਤੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ 'ਚ ਉਹ ਚੀਜ਼ਾਂ ਦਰਜ ਨਹੀਂ ਹੈਗੀਆਂ। ਜਿਹੜਾ ਵੀ ਕਹਿੰਦੇ ਆ ਰਾਜ ਬਿਨਾਂ ਨਾ ਧਰਮ 'ਚ ਜਿਹੜੀ ਗੱਲ ਕਹੀ ਜਾਂਦੀ ਆ ਉਹ ਗੱਲ ਨੂੰ ਵੀ ਸਮਝਣ ਦੀ ਡੰਗਾਈ ਨਾਲ ਲੋੜ ਆ। ਹੁਣ ਜਿਹੜੇ ਲੋਕ ਇਹ ਗੱਲਾਂ ਮਾਗੇ ਕਹਿੰਦੇ ਆ ਦੋਸਤੋ, ਕਹਿੰਦੇ ਕਿਉਂ ਆ, ਉਹਦਾ ਮਕਸਦ ਵੀ ਸਮਝਿਓ। ਜਿਹੜੇ ਸ਼ਾਸਤਰ ਕੇ ਅਧੀਨ ਹੈ ਰਾਜ ਕਹਿੰਦੇ ਆ ਨਾ, ਉਹ ਇਹ ਨਹੀਂ ਕਹਿੰਦੇ ਵੀ ਸ਼ਾਸਤਰ ਹੈ ਕਿਹੜਾ। ਸਾਡੇ ਗੁਰੂ ਨੇ ਸਾਨੂੰ ਸ਼ਾਸਤਰ ਦਿੱਤਾ ਸ਼ਬਦ ਗੁਰੂ ਦਾ, ਸਾਨੂੰ ਗਿਆਨ ਨੂੰ ਕਿਹਾ ਗਿਆਨ ਅੱਜ ਸ਼ਾਸਤਰ ਆ, ਉਸੇ ਨੂੰ ਲੈ ਕੇ ਅੱਜ ਯਹੂਦੀਆਂ ਨੇ ਆਪਦਾ ਰਾਜ ਕਾਇਮ ਕਰ ਲਿਆ। ਤੇ ਸਾਡੇ ਵਾਲੇ ਕੀ ਕਰਨਗੇ, ਐਗਜ਼ਾਮਪਲਾਂ ਦੇਣਗੇ ਅਫਗਾਨਿਸਤਾਨ ਦੀਆਂ। ਆਪੇ ਅਫਗਾਨਿਸਤਾਨ ਵਾਲੇ ਦੇਖੋ ਜੀ, ਤੇ ਕਿਹੜਾ ਵੀਜ਼ਾ ਲਵਾ ਕੇ ਅਫਗਾਨਿਸਤਾਨ ਜਾਂਦਾ ਤੇ ਸਾਰੇ ਫਿਰ ਜਾਂਦੇ ਕੈਨੇਡਾ, ਅਮਰੀਕਾ ਦੇ ਦੂਜੇ ਮੁਲਕਾਂ 'ਚ ਕਿਉਂ ਤੁਰੇ ਜਾਂਦੇ ਆ, ਇੰਗਲੈਂਡ ਕਿਉਂ ਤੁਰੇ ਜਾਂਦੇ ਆ? ਫਿਰ ਅਫਗਾਨਿਸਤਾਨ ਦਾ ਵੀਜ਼ਾ ਨਹੀਂ ਕੋਈ ਲੈਂਦਾ। ਅੱਗੇ ਜੀ ਉਹਨਾਂ ਦੀ ਕੌਮ ਐਂ ਕਰਦੀ ਆ, ਫਲਾਨੀ ਕਰਦੀ ਆ, ਲੜਦੀ ਆ। ਮੈਂ ਕਹਿੰਦਾ ਅੱਜ ਕੰਗਾਲ ਹੋ ਗਏ, ਉਹ ਸਾਰੀ ਕੀ ਆ ਉੱਜੜ ਗਏ। ਅੱਜ ਉੱਥੇ ਕੋਈ ਰਾਜ ਸੱਤਾ ਨਹੀਂ, ਕੋਈ ਹੋਰ ਨਹੀਂ, ਬੁਰੇ ਹਾਲਾਤ ਨੇ ਤੇ ਉੱਥੇ ਨਹੀਂ ਪਤਾ ਕਿਹੜੇ ਵੇਲੇ ਮੌਤ ਨੱਚਦੀ ਆ। ਤੇ ਅਸੀਂ ਉਹ ਰਾਜ ਦੀ ਗੱਲਾਂ ਕਰ ਕਰਕੇ ਸਾਡੇ ਲੋਕਾਂ ਨੂੰ ਕੀ ਆ, ਮੂਰਖ ਬਣਾਇਆ ਜਾ ਰਿਹਾ। ਹੋਰ ਬੜੇ ਢੰਗਾਂ ਨਾਲ ਕੀਤਾ ਜਾ ਰਿਹਾ। ਅਸਤਰ ਸ਼ਸਤਰ ਦਾ ਮਤਲਬ ਦੱਸੋ। ਜਿਹੜੇ ਦੌਰ 'ਚ ਕਿਸੇ ਬੰਦੇ ਨੇ ਕਿ ਲਿਖਾਰੀ ਨੇ ਇਹ ਗੱਲ ਕਹੀ ਆ ਨਾ, ਉਹਨਾਂ ਦੌਰਾਂ 'ਚ ਰਾਜਿਆਂ ਦਾ ਰਾਜ ਹੁੰਦਾ ਸੀ, ਉਦੋਂ ਸ਼ਸਤਰਾਂ ਨਾਲ ਜਿਹੜਾ ਤਕੜਾ ਹੁੰਦਾ ਸੀ ਉਹੀ ਆਪਦਾ ਰਾਜ ਪ੍ਰਭੂ ਸੱਤਾ ਕਾਇਮ ਕਰਦਾ ਸੀ। ਪਰ ਅੱਜ ਸਾਡੇ ਕੋਲੇ ਹਥਿਆਰ ਆ ਯਾਰ, ਬਹੁਤ ਵੱਡੇ ਹਥਿਆਰ ਹੈਗੇ ਆ। ਡੈਮੋਕ੍ਰੇਸੀ 'ਚ ਅਸੀਂ ਰਹਿੰਦੇ, ਅੱਜ ਰਾਜਿਆਂ ਦੇ ਰਾਜ ਨਹੀਂ। ਤੇ ਅੱਜ ਦੇ ਸਮੇਂ 'ਚ ਸਾਡਾ ਗਿਆਨ, ਸਾਡੀ ਸੋਚ ਅਸੀਂ ਟੇਬਲ ਟਾਕ ਤੇ ਹਰ ਹਰ ਕੇ ਇੱਥੋਂ ਤੱਕ ਪਹੁੰਚ ਗਏ, ਕਿਉਂਕਿ ਸਾਡੇ ਕੋਲੇ ਕੀ ਆ, ਬੌਧਿਕ ਤੌਰ ਤੇ ਕੰਗਾਲ ਜਿਹੜੇ ਲੋਕ ਨੇ। ਸਾਡੇ ਅਰਗੇ ਕੀ ਆ, ਥੱਲੋਂ ਅੰਗੂਠੇ ਚੱਕ ਕੇ ਜਾਂ ਪੁੱਠਾ ਸਿੱਧਾ ਬੋਲਣ ਲੱਗ ਜਾਣਾ ਜੇ ਕੋਈ ਅਕਲ ਦੀ ਗੱਲ ਕਰਦਾ। ਟੈਗ ਨੂੰ ਨਾਲ ਦੀ ਨਾਲ ਦਿੱਤੇ ਜਾਂਦਾ ਆਰ ਐਸ ਦਾ ਬੰਦਾ ਜੀ, ਜੇ ਕੋਈ ਸਿਆਣੀ ਗੱਲ ਕਰੇ ਜਾਂ ਉਹਨੂੰ ਕਾਮਰੇਡ ਦਾ ਠੱਪਾ ਲਾ ਦਿਓ ਜਾਂ ਕੋਈ ਹੋਰ ਕੁਛ ਕਹਿ ਦਿਓ। ਕਿਉਂਕਿ ਸਾਨੂੰ ਜਿਹੜੇ ਕੀ ਅਸੀਂ ਪ੍ਰਚਾਰਕਾਂ ਦੇ ਮਗਰ ਲੱਗਦੇ, ਅਸਲ 'ਚ ਅਸੀਂ ਦੇਹਧਾਰੀ ਨੂੰ ਮੰਨਣਾ ਸ਼ੁਰੂ ਕਰਤਾ ਤੇ ਸਾਡੇ ਗੁਰੂ ਨੇ ਸ਼ਬਦ ਨੂੰ ਗੁਰੂ ਕਹਿ ਕੇ ਸਾਨੂੰ ਗਏ ਆ। ਗੁਰੂ ਗ੍ਰੰਥ ਸਾਹਿਬ ਨੂੰ ਸਾਨੂੰ ਕਿਉਂ ਕਿਹਾ, ਕਿਉਂਕਿ ਗਿਆਨ ਆ ਉਹਦੇ 'ਚ। ਤੇ ਅਸੀਂ ਉਹਨਾਂ ਨੂੰ ਕੀ ਆ, ਸਿਰਫ ਰੁਮਾਲੇ ਦੇ ਕੇ ਸਿਰਫ ਪੂਜਣਾ ਸ਼ੁਰੂ ਕਰਤਾ ਤੇ ਅਸੀਂ ਦੇਹਧਾਰੀਆਂ ਦੇ ਮਗਰ ਲੱਗਣ ਲੱਗ ਗਏ। ਤੇ ਦੇਹਧਾਰੀ ਸਾਨੂੰ ਹੁਣ ਤੱਕ ਚਾਰ ਕਿਆ ਜਾਂ ਹਾਲਾਤਾਂ 'ਚ ਖੜੇ ਕਰਕੇ, ਅਜੇ ਹਾਲਾਤ ਜਿਹੜੇ ਦੇਹਧਾਰੀਆਂ ਨੇ ਪੈਦਾ ਕੀਤੇ ਆ ਨਾ, ਉਹਨਾਂ ਦਾ ਜ਼ਿਕਰ ਵੀ ਕਰਦੇ ਰਹੋ ਤੇ ਆਉਣ ਵਾਲੇ ਟਾਈਮ 'ਚ ਕਰਦੇ ਵੀ ਰਹਾਂਗੇ। ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਇਸ ਪੇਜ ਨੂੰ ਦੋਸਤੋ ਦੀ ਰੀਚ ਘਟਾਈ ਹੋਈ ਆ। ਪਿਛਲੇ ਸਮੇਂ 'ਚੋਂ 29 ਦਿਨ ਦਾ ਬਲੌਕ ਵੀ ਕੀਤਾ ਸੀ, ਸਾਨੂੰ ਨਹੀਂ ਪਤਾ ਕਿਉਂ ਕੀਤਾ ਗਿਆ, ਕਿਉਂਕਿ ਅਸੀਂ ਕਿਸੇ ਦੇਹਧਾਰੀ ਦਾ ਸਾਥ ਨਹੀਂ ਦਿੱਤਾ, ਨਾ ਹੀ ਕਿਸੇ ਭੜਕਾਉਣ ਵਾਲੇ ਬੰਦੇ ਦਾ ਸਾਥ ਦਿੱਤਾ ਤੇ ਨਾ ਹੀ ਕਿਸੇ ਦੇ ਮਗਰ ਚੱਲੇ ਆ। ਕੰਡੈਮ ਬਹੁਤ ਨੂੰ ਕਰਦੇ ਰਹੇ ਜਿਹੜਾ ਕੋਈ ਮਿਸਗਾਈਡ ਕਰਦਾ ਰਿਹਾ ਕਮਿਊਨਿਟੀ ਨੂੰ। ਪਰ ਮੈਂ ਕਹਿੰਦਾ ਸਾਡੇ ਤੇ ਚੈੱਕ ਕਿਉਂ ਲਾਇਆ ਗਿਆ? ਤੇ ਮੈਂ ਸਾਡੇ ਇਕੱਲਿਆਂ ਤੇ ਨਹੀਂ, ਬਹੁਤ ਤੇ ਲਾਇਆ ਗਿਆ। ਉਹ ਲਾਇਆ ਕਿਉਂ ਗਿਆ ਪਿਛਲੇ ਸਮੇਂ ਦੇ ਵਿੱਚ? ਕਿਉਂਕਿ
ਹੁਣ ਬੇਅਦਬੀਆਂ ਕਰਨ ਵਾਲੇ ਨੂੰ ਕਹਿੰਦਾ ਵੀ ਕਮਲਾ ਸੀਗਾ ਜੀ, ਕੋਈ ਜੋੜੇ ਲੈ ਕੇ ਆ ਜਾਂਦਾ, ਕੋਈ ਕੁਛ ਕਰ ਦਿੰਦਾ। ਦਿਮਾਗੀ ਕਹਿੰਦੇ ਸਥਿਤੀ ਉਹਦੀ ਖਰਾਬ ਆ, ਦਿਮਾਗੀ ਸਥਿਤੀ ਨਹੀਂ ਉਹਦੀ, ਕੋਈ ਮਾਕ ਹੀ ਆ ਮੇਰੇ ਖਿਆਲ ਦੇ ਵਿੱਚ। ਜਾਂ ਤਾਂ ਮਸ਼ਹੂਰ ਹੋਣ ਵਾਸਤੇ ਵੀ ਕੁਝ ਬੰਦਿਆਂ ਨੇ ਗਲਤੀਆਂ ਕੀਤੀਆਂ ਪਹਿਲਾਂ, ਪਰ ਅੱਜ ਕੱਲ ਜਿਹੜੇ ਕਰਦੇ ਆ ਕੁਝ ਬੰਦੇ ਪੈਸੇ ਖਾਤਰ ਵੀ ਕਰਦੇ ਆ, ਕਰਦੇ ਕਿਉਂ ਹੁਣ ਇਹ ਗੱਲ ਸਮਝੋ। ਕਿਉਂਕਿ ਦੋਸਤੋ ਜਿਹੜੀ ਸਜ਼ਾ ਗਈ 295 ਏ ਦੀ ਧਾਰਾ ਲੱਗਦੀ ਆ, ਜਿਹਦੇ ਵਿੱਚ 3 ਸਾਲ ਦੀ ਸਜ਼ਾ ਤੇ ਬੇਲੇਬਲ ਅਫੈਂਸ ਆ। 2016 ਤੋਂ ਬਾਅਦ 325 ਵਾਰ ਬੇਅਦਬੀਆਂ ਹੋ ਗਈਆਂ ਤੇ ਇੱਕ ਵੀ ਬੰਦਾ ਜੇਲ੍ਹ ਦੇ ਅੰਦਰ ਨਹੀਂ। ਤੇ ਇਹਦੇ ਵਾਸਤੇ ਚਾਹੀਦਾ ਕੀ ਸੀ? ਇੱਕ ਸਖਤ ਕਾਨੂੰਨ ਬਣਾਉਣ ਦੀ ਲੋੜ ਸੀ, ਜਿਹੜਾ SGPC ਦਾ ਹੱਕ ਸੀ। ਅੱਜ ਜੇ ਕੋਈ ਬੇਅਦਬੀ ਹੁੰਦੀ ਆ, ਸਭ ਤੋਂ ਵੱਡੀ ਜ਼ਿੰਮੇਵਾਰ ਉਹਦੇ SGPC। ਅੱਜ ਇਹ ਗੱਲ ਨਾਲ ਸਹਿਮਤ ਹੋ ਤਾਂ ਸ਼ੇਅਰ ਕਰਿਓ ਪੋਸਟ ਤੇ, ਕਮੈਂਟ ਜ਼ਰੂਰ ਕਰਿਓ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ, ਗੁਰਬਾਣੀ ਦੀ ਤੇ ਸਿੱਖ ਇਤਿਹਾਸ ਦੀ ਕਸਟੋਡੀਅਨ ਕੌਣ ਆ? ਸਾਡੀ SGPC ਆ ਕਸਟੋਡੀਅਨ। ਤੇ SGPC ਕੀ ਰੋਲ ਨਿਭਾ ਰਹੀ ਆ ਤੁਸੀਂ ਸਾਰੇ ਬਿਹਤਰ ਜਾਣਦੇ ਹੋ। ਇਸੇ ਕਰਕੇ ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਲਾਣਤ ਪਾਇਓ SGPC ਨੂੰ, ਜਿਹਦੇ ਜ਼ਿੰਮੇਵਾਰੀ ਬਣਦੀ ਆ ਪੰਜਾਬ ਦੇ ਵਿੱਚ ਨਹੀਂ, ਮੈਂ ਕਹਿੰਦਾ ਪੂਰੀ ਦੁਨੀਆ ਦੇ ਵਿੱਚ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੀ ਆ, ਮੈਂ ਕਹਿੰਦਾ ਵੀ ਸੁਸ਼ੋਭਿਤ ਨੇ ਉੱਥੇ ਉਹਦੀ ਮਰਿਆਦਾ ਕਾਇਮ ਕਰਨੀ, ਉਹਦਾ ਧਿਆਨ ਰੱਖਣਾ, ਕਿਉਂਕਿ ਉਹਦੇ ਕਸਟੋਡੀਅਨ ਕੀ ਆ, ਲਾ ਬਣਾ ਕੇ, ਕਾਨੂੰਨ ਬਣਾ ਕੇ ਬਣੇ ਹੋਏ ਆ। ਤੇ ਇੱਕ ਹੋਰ ਕਾਨੂੰਨ ਜਿਹੜੇ ਬਣਾਉਣ ਦੀ ਲੋੜ ਸੀ ਹੁਣ ਤੱਕ। ਫਿਰ ਕਹਿੰਦੇ ਨੇ ਬਾਦਲਾਂ ਨੂੰ ਨਿੰਦੇ ਕਿਉਂ ਆ? ਕਿਉਂਕਿ ਬਾਦਲਾਂ ਦੀ ਸਰਕਾਰ ਰਹਿ ਗਈ, ਬਾਦਲ ਇੱਕ ਕਾਨੂੰਨ ਨਹੀਂ ਬਣਵਾ ਸਕੇ। ਮੈਂ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦਾ, ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਉੱਤੇ 295 ਧਾਰਾ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਾ ਪ੍ਰਾਵਧਾਨ ਹੋ ਜਾਏ, ਇੱਕ ਵੀ ਬੇਅਦਬੀ ਨਹੀਂ ਹੁੰਦੀ। 7 ਸਟੇਟਾਂ ਦੇ ਵਿੱਚ ਗਊ ਹੱਤਿਆ ਤੇ ਜੇ ਉਮਰ ਕੈਦ ਰੱਖੀ ਜਾ ਸਕਦੀ ਆ, ਫਿਰ ਸਾਡੇ ਕਿਉਂ ਨਹੀਂ ਰੱਖੀ ਜਾ ਸਕਦੀ? ਇਹ ਕਰਾਉਣਾ ਕਿਹਨਾਂ ਨੇ ਸੀ? ਸਰਕਾਰਾਂ ਜਿਹਨਾਂ ਦੀਆਂ ਰਹਿ ਗਈਆਂ, ਜਿਹੜੇ ਸੈਂਟਰ 'ਚ ਭਾਈਵਾਲੀ ਵੀ ਰਹਿ ਗਏ, ਜਿਹੜੇ ਬੰਦੇ SGPC ਦੇ ਉੱਤੇ ਕੀ ਆ, ਕਾਬਜ ਨੇ। ਹੁਣ SGPC ਨੇ ਜਿੱਥੋਂ ਤੱਕ ਸਾਨੂੰ ਪਹੁੰਚਾਤਾ, ਹੁਣ ਗੁਰੂ ਘਰਾਂ ਦੀ ਦਿੱਖ ਵਿਗਾੜ ਕੇ ਉਹਨਾਂ ਨੂੰ ਬੇਜਾਨ ਮਕਬਰੇ ਬਣਾਉਣ ਵਾਲੀ ਕਿਹੜੀ ਆ? SGPC ਆ। ਅੱਜ SGPC ਜਾ ਕੇ ਗੁਰੂ ਘਰਾਂ ਦੇ ਵਿੱਚ ਕਬਜ਼ੇ ਵੀ ਕਰਦੇ ਨੇ, ਲੜਦੇ ਵੀ ਹੈਗੇ ਨੇ। ਮੈਂ ਕਹਿੰਦਾ ਜਿੱਥੇ ਕੀ ਆ, ਮਰਿਆਦਾ ਦੇ ਨਾਲ ਕੋਈ ਸਾਂਭ ਸੰਭਾਲ ਕੀਤੀ ਜਾ ਰਹੀ ਆ, ਉੱਥੇ ਕਲੇਸ਼ ਦੇ ਵਿੱਚ ਨਾ ਪੈ ਕੇ ਹੋਰ ਥਾਵਾਂ ਤੇ ਜਾ ਕੇ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਬਹਾਲੀ ਤੇ ਜ਼ੋਰ ਦੇਵੇ SGPC ਤੇ ਲੋਕਾਂ ਦੀ ਬਾਂਹ ਫੜੇ। ਜਿਹੜੇ ਲੋਕ ਧਰਮ ਕਨਵਰਟ ਕਰ ਰਹੇ ਆ, ਕਿਉਂ ਕਰ ਰਹੇ ਆ? ਨਿਖਿੱਧ ਪੁਣੇ ਕਰਕੇ ਕਰ ਰਹੇ ਆ। ਕਿਹਦੇ? SGPC ਦੇ। ਇਸ ਕਰਕੇ ਪ੍ਰਧਾਨ ਜੀ ਨੂੰ ਵੀ ਕਹਿਣੇ ਆ SGPC ਦੇ ਨੂੰ ਕਿ ਉਹ ਜਿਹੜਾ ਕੰਮ ਕੀ ਆ ਉਹਨਾਂ ਨੂੰ ਕਰਨਾ ਚਾਹੀਦਾ, ਉੱਧਰ ਧਿਆਨ ਦੇਣ। ਅੱਜ ਕੀ ਆ, ਜਾਤਾਂ ਦੇ ਆਧਾਰ ਦੇ ਉੱਤੇ ਜਿਹੜੇ ਕੀ ਆ, ਮੈਂ ਕਿ ਲੜਾਈਆਂ ਪਵਾਈਆਂ ਜਾ ਰਹੀਆਂ। SGPC ਖੁਦ ਇੱਥੇ ਤਲਵੰਡੀ ਸਾਬੋ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ, ਚਲੋ ਸੁਹਿਰਤਾ ਨਾਲ ਉਹ ਕਲੇਸ਼ ਨਿਬੜ ਵੀ ਗਿਆ, ਚੰਗੀ ਗੱਲ ਆ। ਇਹਦੇ ਵਾਸਤੇ ਮੈਂ SGPC ਦੇ ਵੀ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਵੀ, ਤੇ ਜਿਹੜੇ ਕਮੇਟੀ ਸੀ ਉਹਨਾਂ ਨੂੰ ਵੀ ਵਧਾਈ ਦਿੰਦਾ ਕਿ ਬੜੇ ਵਧੀਆ ਤਰੀਕੇ ਨਾਲ, ਚਲੋ ਉਹਨਾਂ ਨੇ ਨਿਬੇੜ ਲਈ। ਪਰ ਸਾਡੇ ਲੋਕ ਤਾਂ ਛੇਤੀ ਕਿਰਪਾਨਾਂ ਕੱਢਣ ਜਾਣਦੇ ਆ, ਜਿਹੜੀ ਚੀਜ਼ ਅਖੀਰ ਦੇ ਵਿੱਚ ਵਰਤਣੀ ਅਸੀਂ ਪਹਿਲਾਂ ਵਰਤਦੇ ਹਾਂ, ਇਸੇ ਕਰਕੇ ਕਹਿਣਾ ਕਿ ਕਮਲੇ ਅਸੀਂ ਹਾਂ। ਤੇ ਸਾਡੀ ਇਸੇ ਚੀਜ਼ ਦਾ ਫਾਇਦਾ ਉਠਾ ਕੇ ਉਹ ਲੋਕ ਸਾਨੂੰ ਬਦਨਾਮ ਵੀ ਕਰ ਰਹੇ ਆ, ਸਾਨੂੰ ਜਰਾਇਮ ਪੇਸ਼ਾ ਸਾਬਤ ਵੀ ਕਰ ਰਹੇ ਆ। ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਸੁਹਿਰਤਾ ਦੇ ਨਾਲ ਉਹ ਮਸਲੇ ਨੂੰ ਕੀ ਆ, ਨਿਬੇੜ ਗਈਆਂ ਸੀ, ਸਮਝ ਗਈਆਂ ਸੀ। ਪਰ ਹੁਣ ਕਈ ਮਸਲਿਆਂ ਦੇ ਉੱਤੇ ਅਸੀਂ ਸਮਝ ਨਹੀਂ ਰਹੇ। ਇਹਦਾ ਪੱਕਾ ਹੱਲ ਆ ਕਾਨੂੰਨ ਬਣਾਉਣਾ, ਜਿਹਦੇ ਖਾਤਰ ਦਿੱਲੀ ਆਪਣਾ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ। ਪਰ ਉਸ ਮੋਰਚੇ ਨੂੰ ਦੋਸਤੋ ਸਿਰਫ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਤੁਹਾਨੂੰ ਦਿਖਾਈ ਨਹੀਂ ਦਿੰਦਾ ਹੋਣਾ, ਕਿਉਂਕਿ ਜਿਹੜੀ ਸਟੇਟ ਸਰਕਾਰ ਆ ਇਹ ਵੀ ਪੂਰੀ ਤਰ੍ਹਾਂ ਉਸ ਨੂੰ ਰੋਲਣ ਤੇ ਲੱਗੀ ਹੋਈ ਆ ਮੋਰਚੇ ਨੂੰ। ਤੇ ਹਰੇਕ ਚੈਨਲ ਨੂੰ ਕਿਹਾ ਗਿਆ ਵੀ ਜਿਹੜਾ ਚੈਨਲ ਉੱਤੇ ਜਾ ਕੇ ਕਵਰੇਜ ਕਰੂ ਉਹਨੂੰ ਸਰਕਾਰੀ ਸੱਦਾ ਨਹੀਂ ਦਿੱਤਾ ਜਾਊਗਾ, ਸਰਕਾਰੀ ਐਡ ਨਹੀਂ ਦਿੱਤੀ ਜਾਊਗੀ। ਤੇ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਤੋਂ ਉਹ ਮੋਰਚਾ ਗਾਇਬ ਕਰ ਦਿੱਤਾ ਗਿਆ। ਤੇ ਜਿਹੜੇ ਚੈਨਲ ਕੁਛ ਚਲਾ ਰਹੇ ਸੀ, 10 ਤੋਂ ਵੱਧ ਚੈਨਲ ਉੱਥੋਂ ਬੈਨ ਕਰ ਦਿੱਤੇ ਗਏ ਜਿਹੜੇ ਉਹਨੂੰ ਦਿਖਾ ਰਹੇ ਸੀ। ਪਰ ਤੁਹਾਨੂੰ ਬੇਨਤੀ ਕਰਦਾ, ਜੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਹੈਗਾ ਤਾਂ ਉਸ ਮੋਰਚੇ ਦੇ ਵਿੱਚ ਸ਼ਾਮਲ ਹੋਇਓ, ਕਿਉਂਕਿ ਉਹ ਮੋਰਚੇ ਦੀ ਮੁੱਖ ਮੰਗ ਇਹੀ ਆ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਉੱਤੇ ਸਖਤ ਕਾਨੂੰਨ ਬਣ ਜੇ। ਤੇ ਉਹ ਕਾਨੂੰਨ ਬਣਾਉਣ ਵਾਸਤੇ ਤੁਹਾਨੂੰ ਬੇਨਤੀ ਕਰਦਾ, ਸਾਥ ਦਿਓ ਡੈਮੋਕ੍ਰੈਟਿਕ ਤਰੀਕੇ ਦੇ ਨਾਲ। ਇੱਕ ਕਾਨੂੰਨ ਬਣਵਾ ਲਈਏ ਜੇ ਅਸੀਂ ਅੜਕੇ, ਬੜਾ ਸੌਖੀ ਗੱਲ ਆ, ਕੁਛ ਵੀ ਉਹ 'ਚ ਮੁਸ਼ਕਲ ਨਹੀਂ ਹੈ। ਤੇ ਕਿਹੜਾ ਕਾਨੂੰਨ ਬਣ ਗਿਆ, ਮੈਂ ਕਹਿੰਦਾ ਪੰਜਾਬ 'ਚ ਮੁੜ ਕੇ ਬੇਅਦਬੀ ਨਹੀਂ ਹੋਣੀ, ਸਾਨੂੰ ਕਮਲੇ ਟੱਕਰਨੇ ਬੰਦ ਹੋ ਜਾਣਗੇ। ਤੇ ਕਮਲੇ ਸਾਰੇ ਸਾਡੇ ਪੱਲੇ ਕਿਉਂ ਪੈਂਦੇ ਆ? ਇਹ ਗੱਲ ਨੂੰ ਸਮਝਿਓ ਕਿ ਬੇਅਦਬੀਆਂ ਹੁੰਦੀਆਂ ਨਹੀਂ, ਕਰਾਈਆਂ ਜਾਂਦੀਆਂ ਨੇ, ਸਾਡੇ ਜਜ਼ਬਾਤਾਂ ਨੂੰ ਛੇੜਿਆ ਜਾਂਦਾ ਤੇ ਛੇੜ ਕੇ ਸਾਨੂੰ ਕੀ ਆ, ਬਦਨਾਮ ਕੀਤਾ ਜਾਂਦਾ। ਤੇ ਉਸ ਬਦਨਾਮੀ ਤੋਂ ਬਚਣ ਵਾਸਤੇ ਸਾਨੂੰ ਚਾਲਾਂ ਨੂੰ ਸਮਝ ਕੇ, ਸ਼ਬਦ ਗੁਰੂ ਨੂੰ ਅਪਣਾ ਕੇ ਤੇ ਇਸ ਚੀਜ਼ ਨੂੰ ਸਮਝ ਕੇ ਬੌਧਿਕ ਕੰਗਾਲੀ ਦੇ ਵਿੱਚੋਂ ਨਿਕਲਣਾ ਪੈਣਾ। ਤੇ ਨਿਕਲਣ ਵਾਸਤੇ ਸਾਨੂੰ ਗੁਰਬਾਣੀ ਦੇ ਅਰਥ ਸਮਝਣੇ ਪੈਣਗੇ। ਅੱਜ ਕੀ ਹੈ, ਇੱਕ ਬੰਦੇ ਨੇ ਕਮੈਂਟ ਕੀਤਾ ਸੀ, ਇੱਕ ਵੀਰ ਨੇ ਪੋਸਟ ਪਾਈ ਸੀ ਵੀ ਸਾਨੂੰ ਕਮਲੇ ਕਿਉਂ ਟੱਕਰਦੇ ਆ, ਉਹਦੇ 'ਤੇ ਇੱਕ ਪੋਸਟ ਬਣਾ ਕੇ ਪਾਈ ਹੋਈ ਸੀ। ਤਾਂ ਥੱਲੇ ਇੱਕ ਵੀਰ ਨੇ ਕੀਤੀ ਸੀ, ਜੋ ਸੋਹਣੀ ਸੋ ਸਿੱਖਣੀ, ਜੋ ਝੱਲਾ ਸੋ ਸਿੱਖ, ਜੋ ਝੱਲੈ ਸੋ ਸਿੱਖ, ਉਹਨੇ ਉਹ ਕੋਟ ਕੀਤਾ ਹੋਇਆ ਸੀ। ਤੇ ਉਸ ਬੰਦੇ ਨੇ ਮੁੜ ਕੇ ਉਹਨੂੰ ਡਿਸਕ੍ਰਾਈਬ ਵੀ ਕੀਤਾ, ਮਤਲਬ ਕਿ ਡਿਟੇਲ ਵੀ ਉਹਦੀ ਦਿੱਤੀ ਹੋਈ ਸੀ। ਉਹਨੇ ਦੱਸਿਆ ਕੀ ਸੀ, ਕਹਿੰਦਾ ਸੋਹਣੀ ਆ ਜਿਹੜੀ ਉਹ ਸਿੱਖਣੀ ਆ ਜੀ। ਮੈਂ ਕਿ ਸਾਡੀਆਂ ਔਰਤਾਂ ਨੂੰ ਬਦਨਾਮ ਕੀਤਾ ਗਿਆ, ਸਿਰਫ ਕਿਉਂ? ਕਿਉਂਕਿ ਬੌਧਿਕ ਤੌਰ 'ਤੇ ਕੰਗਾਲ, ਉਹ ਗੱਲ ਨੂੰ ਸਮਝਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਤੇ ਉਹ ਬੰਦਾ ਕਹਿੰਦਾ ਜੋ ਝੱਲੈ ਸੋ ਸਿੱਖ, ਜਿਹੜਾ ਕਹਿੰਦੇ ਝੱਲਾ, ਮਤਲਬ ਕਿ ਉਹਨੇ ਮੂਰਖ ਸ਼ਬਦ ਵਾਸਤੇ ਝੱਲਾ ਸ਼ਬਦ ਸਮਝਿਆ ਤੇ ਕਹਿੰਦਾ ਉਹ ਸਿੱਖ ਹੁੰਦਾ ਜੀ।
ਪਰ ਮੈਂ ਕਹਣਾ ਉਹ ਜਿਹੜੇ ਸਤਰ ਨਾਲ ਉਹਦਾ ਡੂੰਘਾਈ ਨਾਲ ਮਤਲਬ ਸਮਝੋ। ਉਹਦੇ ਕਿਹਾ ਕਿ ਵੀ ਜਿਹੜੀ ਚੰਗੀ ਗੱਲ ਆ, ਜੋ ਸੋਹਣੀ ਜੋ ਚੰਗੀ ਗੱਲ ਹੈਗੀ ਆ ਉਹ ਸਿੱਖਣੀ ਚਾਹੀਦੀ ਆ, ਅਪਣਾਉਣੀ ਚਾਹੀਦੀ ਆ। ਜੋ ਝੱਲੇ ਜਿਹੜਾ ਝੱਲਦਾ ਬਰਦਾਸ਼ਤ ਕਰਦਾ ਉਹ ਸਿੱਖ ਆ, ਤੇ ਸਿੱਖ ਸ਼ੁਰੂ ਤੋਂ ਝੱਲਦੇ ਤੁਰੇ ਆਏ ਆ, ਹੁਣ ਵੀ ਝੱਲਦੇ ਵੀ ਆ। ਜਿੱਥੇ ਲੜਨਾ ਉੱਥੇ ਲੜਨ ਵਾਸਤੇ ਵੀ ਸਾਨੂੰ ਤਿਆਰ ਰਹਿਣਾ ਪਊ, ਪਰ ਲੜਾਈ ਅਸੀਂ ਹਥਿਆਰਾਂ ਨਾਲ, ਜਿਹੜੇ ਹਥਿਆਰ ਸਾਨੂੰ ਸਮਝਣੇ ਪੈਣਗੇ ਹਥਿਆਰ ਕਿਹੜੇ ਨੇ। ਤੇ ਜੇ ਅਸੀਂ ਕਿਰਪਾਨਾਂ ਨਾਲ ਕਹੀਏ, ਅੱਜ ਦੇ ਦੌਰ 'ਚ ਅਸੀਂ ਸਟੇਟ ਨਾਲ ਕੀ ਆ ਜੰਗ ਲੜ ਕੇ ਕੋਈ ਕੀ ਆ ਜਿੱਤ ਸਕਦੇ ਹਾਂ, ਤਾਂ ਸਾਡੇ ਕੋਲ ਉਹਨੇ ਜਜ਼ਬਾਤ ਨਹੀਂ ਜਿਹੜੇ ਅੰਦਰ ਬੈਠੇ ਜਿਹਨਾਂ ਨੂੰ ਛਡਾਉਣ ਖਾਤਰ ਕੌਮੀ ਇਨਸਾਫ ਮੋਰਚਾ ਲੱਗਿਆ, ਉਹਨਾਂ ਨਾਲ ਅਸੀਂ ਮਜ਼ਬੂਤ ਨਹੀਂ ਹੈਗੇ। ਇਸ ਕਰਕੇ ਅੱਜ ਸਾਡਾ ਹਥਿਆਰ ਜਿਹੜਾ ਸਾਡੇ ਕੋਲ ਆ ਸ਼ਬਦ ਗੁਰੂ ਗਿਆਨ ਆ, ਉਹਨੂੰ ਅਪਣਾ ਕੇ ਡੈਮੋਕਰੈਟਿਕ ਵੇ ਦੇ ਨਾਲ ਸਾਨੂੰ ਸਾਡੀਆਂ ਮੰਗਾਂ ਮਨਵਾਉਣ ਵਾਸਤੇ ਕੌਮੀ ਇਨਸਾਫ ਮੋਰਚੇ ਨੂੰ ਮਜ਼ਬੂਤ ਕਰਨਾ ਪਊ। ਉਹਦੇ ਵਾਸਤੇ ਤੁਹਾਨੂੰ ਬੇਨਤੀ ਕਰਦਾ, ਘਰ ਬੈਠੇ ਪੋਸਟ ਹੀ ਸ਼ੇਅਰ ਕਰ ਦਿਓ ਇਸ ਚੈਨਲ ਮਾਕੇ ਪੇਜ ਦੇ ਉੱਪਰ, ਮਾਕੇ ਦੀ ਰੀਚ ਵੀ ਘਟਾਈ ਹੋਈ ਆ, ਮਾਕੇ ਉਹ ਵੀ ਕੀਤਾ ਹੋਇਆ। ਤੁਸੀਂ ਜਿੰਨਾ ਕਿ ਇਹਨੂੰ ਕਰ ਸਕਦੇ ਹੋ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਪੋਸਟ ਨੂੰ ਪਾ ਕੇ, ਵਟਸਐਪ ਗਰੁੱਪਾਂ 'ਚ ਪਾ ਕੇ ਸ਼ੇਅਰ ਜ਼ਰੂਰ ਕਰਵਾਇਓ ਜੇ ਕਰਵਾ ਸਕਦੇ ਹੋ, ਜੇ ਸਹਿਮਤ ਹੋ। ਜੇ ਨਹੀਂ ਸਹਿਮਤ ਤਾਂ ਤੁਹਾਡਾ ਮਰਜ਼ੀ ਹੈ, ਜੇ ਸਹਿਮਤ ਹੈ ਤਾਂ ਕਮੈਂਟ ਵੀ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ। ਤਾਂਤਰਿਕ ਬਾਬਿਆਂ ਤੋਂ ਨਿਰਾਸ਼ ਹੋ ਤਾਂ ਜਲਦ ਹੀ ਮਿਲੋ ਵਿਸ਼ਵ ਪ੍ਰਸਿੱਧ ਤਾਂਤਰਿਕ ਮੀਆਂ ਜੁਨੇਜ਼ ਖਾਨ 9956 68 628। ਮੇਰੀ ਮਾਤਾ ਭੈਣਾਂ ਖਾਸ ਰਿਆਇਤ ਤੇ ਭਰਾ ਇੱਕ ਵਾਰ ਜ਼ਰੂਰ ਮਿਲੋ। ਸਪੈਸ਼ਲਿਸਟ ਵਸ਼ੀਕਰਨ, ਲਵ ਮੈਰਿਜ, ਮੁਟਕਰਨੀ, ਪਤੀ ਪਤਨੀ ਦੇ ਵਿੱਚ ਅਣਬਨ, ਤਲਾਕ, ਕਾਰੋਬਾਰ ਜਾਂ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਸੌਤਨ, ਦੁਸ਼ਮਣ ਤੋਂ ਛੁਟਕਾਰਾ ਅਤੇ ਗ੍ਰੈਕਲਿਸ਼ ਜੋਤਿਸ਼ ਤਾਂਤਰਿਕਾ ਤੋਂ ਧੋਖਾ ਖਾਏ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਮੈਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵਾਂਗਾ, 11 ਘੰਟਿਆਂ ਦੇ ਵਿੱਚ ਤੁਹਾਡੀ ਹਰ ਸਮੱਸਿਆ ਦਾ ਹੱਲ ਹੋਵੇਗਾ। ਮਿਲੋ ਲੁਧਿਆਣਾ ਦੇ ਵਿੱਚ ਮੀਆਂ ਜੁਨੇਜ਼ ਖਾਨ 9956 68 628 9956 68 628।